कि जिहड़ा अग्निवीर भर्ती होया साडा उन्हूं जिहड़ा वा इन्हां ने मान सम्मान नहीं दिता। एक उन्हूं सलामी देनी चाहीदी, तिरंगे दे विच आपां जो लास्ट वीर का अपना सम्मान हुंदा उह देना चाहीदा वा, लेकिन की है सरकारां ने उह सम्मान नहीं दिता। क्योंकि अग्निवीर भर्ती या कोई भी भर्ती है फौज की, असीं उहदा विरोध इस तरह नहीं कर रहे कि वह गलत है, पर असीं जिहड़ी इहदे विच नीति गलत बनी हुई है उहदा विरोध और उहनूं खत्म करना है। जिहड़े वर्दी पाई सी सवेरे 3:30 बजे उहदी डैथ हुंदी है, वर्दी पाई सी नाइट ड्यूटी खड़ा सी, गोली लगी है, ये नहीं पता किस तरह लगी है, लेकिन उहनूं शहीद दा दर्जा नहीं दिता गया। इहदे विच रोस मार्च कर रहे हैं असीं बठिंडे दे विच। अग्निवीर अमृतपाल दे भोग तो पहला साबका फौजियां ने बठिंडा विच कीता प्रदर्शन। अग्निवीर अमृतपाल नूं शहीद दा दर्जा देण दी कीती मंग। अग्निवीर योजना बंद करवाउण लई देश भर दे विच साबका फौजी करनगे प्रदर्शन। पिछले दिनी मानसा जिला दे पिंड कोटली कला दे रहन वाले अग्निवीर अमृतपाल सिंह दी ड्यूटी दौरान मौत हो गई सी, पर अमृतपाल सिंह नूं शहीद दा दर्जा नहीं दिता गया। अग्निवीर अमृतपाल सिंह दी अंतिम अरदास तो पहला बठिंडा विच वड्डी गिनती विच इकट्ठे होए साबका फौजियां वालों केंद्र सरकार खिलाफ जोरदार प्रदर्शन कीता गया। प्रदर्शन कर रहे साबका फौजियां दा कहना सी कि केंद्र सरकार वालों लियांदी गई अग्निवीर योजना देश लई घातक है, क्योंकि मात्र 4 सालां तो बाद फौजी ट्रेनिंग प्राप्त अग्निवीर घर परत आउणगे ਅਤੇ ਜੇਕਰ ਉਹਨਾਂ ਨੂੰ ਕੋਈ ਰੁਜ਼ਗਾਰ ਨਾ ਮਿਲਿਆ ਤਾਂ ਉਹ ਟ੍ਰੇਨਿੰਗ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਨੇ। ਦੂਸਰਾ, ਇਸ ਯੋਜਨਾ ਰਾਹੀਂ ਭਰਤੀ ਹੋਏ ਫੌਜੀ ਜਵਾਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗੇਗਾ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਵੇਗਾ ਤਾਂ ਉਹ ਕਿਉਂ ਜੰਗ ਦੇ ਮੈਦਾਨ ਵਿੱਚ ਲੜਨਗੇ। ਇਸ ਯੋਜਨਾ ਦਾ ਉਹ ਪੂਰੀ ਔਰ ਵਿਰੋਧ ਕਰਦੇ ਨੇ ਅਤੇ ਜਿੰਨਾ ਸਮਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਰਹਿਣਗੇ ਕਿ ਅਗਨੀਵੀਰ ਯੋਜਨਾ ਬੰਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਸੀਨੀਅਰ ਐਡਵਾਈਜ਼ਰ ਨਰਿੰਦਰਪਾਲ ਸਿੰਘ ਭੰਗੂ, ਜੋ ਕਿ ਵੀਰੋ ਅਸੀਂ ਮਾਝਾ ਜ਼ੋਨ ਤੋਂ ਆਏ ਹਾਂ, ਗੁਰਦਾਸਪੁਰ ਅੰਮ੍ਰਿਤਸਰ ਮੇਰੀ ਜਿਹੜੀ ਟੀਮ ਹੈ ਮੇਰੇ ਨਾਲ ਆਈ ਆ, ਜੋ ਅੰਮ੍ਰਿਤ ਸਿੰਘ ਜਿਹੜਾ ਸ਼ਹੀਦ ਹੋਏ ਨੇ ਉਹਨਾਂ ਦੇ ਸੰਬੰਧ ਵਿੱਚ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ। ਇੱਥੇ ਇਸ ਵੇਲੇ ਅਸੀਂ ਬਠਿੰਡਾ ਵੈਸੇ ਪਹੁੰਚੇ ਹਾਂ, ਬਠਿੰਡੇ ਵੀ ਜਿਹੜੀਆਂ ਹੋਰ ਵੀ ਸਾਡੀਆਂ ਸੈਨਿਕ ਜਥੇਬੰਦੀਆਂ ਨੇ ਉਹ ਸਾਡੇ ਨਾਲ ਚੱਲਣਗੀਆਂ, ਅਸੀਂ ਜਾ ਕੇ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ। ਇਹ ਬਹੁਤ ਹੀ ਮਤਭਾਗੀ ਇੱਕ ਖਬਰ ਹੈ ਕਿ ਜਿਹੜਾ ਅਗਨੀਵੀਰ ਭਰਤੀ ਹੋਇਆ ਸਾਡਾ ਉਹਨੂੰ ਜਿਹੜਾ ਵਾ ਇਹਨਾਂ ਨੇ ਮਾਨ ਸਨਮਾਨ ਨਹੀਂ ਦਿੱਤਾ। ਇੱਕ ਉਹਨੂੰ ਸਲਾਮੀ ਦੇਣੀ ਚਾਹੀਦੀ, ਤਿਰੰਗੇ ਦੇ ਵਿੱਚ ਆਪਾਂ ਜੋ ਲਾਸਟ ਵੀਰ ਦਾ ਆਪਣਾ ਸਨਮਾਨ ਹੁੰਦਾ ਉਹ ਦੇਣਾ ਚਾਹੀਦਾ ਵਾ, ਲੇਕਿਨ ਕੀ ਹੈ ਸਰਕਾਰਾਂ ਨੇ ਉਹ ਸਨਮਾਨ ਨਹੀਂ ਦਿੱਤਾ। ਲੇਕਿਨ ਪੰਜਾਬ ਗੌਰਮੈਂਟ ਦਾ ਮੈਂ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨੂੰ ਸਲਾਮੀ ਵੀ ਦਿੱਤੀ ਆ, ਚਲੋ 1 ਕਰੋੜ ਰੁਪਏ ਦਾ ਐਲਾਨ ਵੀ ਕੀਤਾ ਵਾ। ਇਸ ਕਰਕੇ ਵੀਰੋ ਜਿਹੜੇ ਅਗਨੀਵੀਰ ਗਾਂ ਭਰਤੀ ਹੋ ਰਹੇ ਨੇ ਅਸੀਂ ਉਹਨਾਂ ਨੂੰ ਇਹੋ ਸਲਾਹ ਦਿੰਦੇ ਵੀ ਗਾਂ ਅਗਨੀਵੀਰ ਦੇ ਵਿੱਚ ਭਰਤੀ ਨਾ ਹੋ, ਕੋਈ ਆਪਣਾ ਰੁਜ਼ਗਾਰ ਕਰੋ, ਚਾਹੇ ਕੋਈ ਬਾਹਰ ਚੱਲ ਜਾਓ, ਚਾਹੇ ਕੋਈ ਆਪਣਾ ਕਾਰੋਬਾਰ ਕਰੋ। ਇਸ ਕਰਕੇ ਅਗਨੀਵੀਰ ਦੇ ਵਿੱਚ ਕੁਛ ਨਹੀਂ ਰੱਖਿਆ, ਕਿਉਂ ਜੇ ਇਸ ਤਰ੍ਹਾਂ ਹੀ ਹੋਣ ਲੱਗਾ ਅੰਮ੍ਰਿਤਪਾਲ ਦੀ ਤਰ੍ਹਾਂ ਤਾਂ ਗਾਂ ਵੀ ਜਿਹੜਾ ਵਾ ਉਹ ਤੁਹਾਡੇ ਨਾਲ ਵੀ ਇੱਦਾਂ ਹੀ ਹੋਣਾ, ਕਿਉਂਕਿ ਤੁਸੀਂ ਸ਼ਹੀਦ ਹੋਣਾ। ਉੱਥੇ ਬਾਰਡਰ ਦੇ ਉੱਤੇ ਲੜਾਈਆਂ ਚੱਲਦੀਆਂ ਨੇ, ਉੱਥੇ ਹਰ ਬੰਦਾ ਵੀ ਜਿਹੜਾ ਸ਼ਹਾਦਤ ਦੇਣੀ ਪੈਣੀ ਆ। ਇਸ ਕਰਕੇ ਅਸੀਂ ਭਰਾਵਾਂ ਨੂੰ ਅੱਗੇ ਬੇਨਤੀ ਕਰਦੇ ਹਾਂ, ਛੋਟੇ ਬੱਚਿਆਂ ਨੂੰ ਆਪਣੇ ਬੇਨਤੀ ਕਰਦੇ ਹਾਂ ਕਿ ਤੁਸੀਂ ਅਗਨੀਵੀਰ ਦੀ ਜਿਹੜੀ ਭਰਤੀ ਆ ਉਹ ਨਾ ਹੋ। ਅਸੀਂ ਸਰਕਾਰਾਂ ਦੇ ਨਾਲ ਮੋਰਚਾ ਲਾਇਆ ਹੋਇਆ, ਸਾਡੀਆਂ ਸਰਕਾਰਾਂ ਅਜੇ ਤੱਕ 20 ਫਰਵਰੀ ਤੋਂ ਲੈ ਕੇ ਅਜੇ ਤੱਕ ਅਸੀਂ ਜੰਤਰ ਮੰਤਰ ਚੌਂਕ ਦੇ ਉੱਤੇ ਬੈਠੇ ਹੋਏ ਹਾਂ ਇਹਨਾਂ ਮੁੱਦਿਆਂ ਨੂੰ ਲੈ ਕੇ। ਅਜੇ ਤੱਕ ਸਰਕਾਰਾਂ ਜਿਹੜੀਆਂ ਅੰਨੀਆਂ ਬੋਲੀਆਂ ਹੋ ਕੇ ਬੈਠੀਆਂ ਨੇ, ਸਾਡੀ ਕੋਈ ਸਰਕਾਰ ਅਜੇ ਆਵਾਜ਼ ਨਹੀਂ ਚੁੱਕ ਰਹੀ। ਅਗਲੀਆਂ ਸਾਡੀਆਂ ਜਿਹੜੀਆਂ ਰਣਨੀਤੀਆਂ ਹੈਗੀਆਂ ਨੇ, ਗਾਂ ਅਸੀਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਲੱਗੇ ਹਾਂ ਅਤੇ ਸਰਕਾਰਾਂ ਨੂੰ ਅਸੀਂ ਘੇਰਾਂਗੇ, ਆਪਣੇ ਜਿਹੜੇ ਸਾਡੇ ਹੱਕ ਨੇ ਅਸੀਂ ਹੱਕ ਲੈ ਕੇ ਰਵਾਂਗੇ ਸਰਕਾਰਾਂ ਕੋਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਜੈਬ ਸਿੰਘ, ਮੁੱਖ ਮੈਂਬਰ ਸੰਯੁਕਤ ਜਵਾਨ ਮੋਰਚਾ ਪੰਜਾਬ। ਜਿਹੜਾ ਕਿ ਅਸੀਂ 18 ਜਥੇਬੰਦੀਆਂ ਦਾ ਮੋਰਚਾ ਬਣਿਆ ਹੋਇਆ, ਅੱਜ ਲਗਭਗ ਪੂਰੀਆਂ ਜਥੇਬੰਦੀਆਂ ਪੰਜਾਬ ਦੀਆਂ ਭੋਗ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਕੋਈ ਰੋਸ ਮਾਰਚ ਕੋਈ ਪ੍ਰਦਰਸ਼ਨ ਕਰਕੇ ਪਹੁੰਚ ਰਹੇ ਹਾਂ। ਔਰ ਜਿਹੜੀ ਸਾਡੀ ਅਗਲੀ ਰਣਨੀਤੀ ਹੈ, ਕਿਉਂਕਿ ਅਗਨੀਵੀਰ ਭਰਤੀ ਜਾਂ ਕੋਈ ਵੀ ਭਰਤੀ ਹੈ ਫੌਜ ਦੀ, ਅਸੀਂ ਉਹਦਾ ਵਿਰੋਧ ਇਸ ਤਰ੍ਹਾਂ ਨਹੀਂ ਕਰ ਰਹੇ ਕਿ ਉਹ ਗਲਤ ਹੈ, ਪਰ ਅਸੀਂ ਜਿਹੜੀ ਉਹਦੇ ਵਿੱਚ ਨੀਤੀ ਗਲਤ ਬਣੀ ਹੋਈ ਹੈ ਉਹਦਾ ਵਿਰੋਧ ਔਰ ਉਹਨੂੰ ਖਤਮ ਕਰਨਾ ਹੈਗਾ। ਇਸ ਕਰਕੇ ਸਾਡੀ ਉੱਥੇ ਮੀਟਿੰਗ ਵੀ ਹੋਵੇਗੀ ਔਰ ਅਗਲੀ ਰਣਨੀਤੀ ਰੇਲ ਰੋਕੋ ਅੰਦੋਲਨ ਸਾਸਤ ਕਰਾਓ ਜੋ ਵੀ ਸਾਡਾ ਪ੍ਰੋਗਰਾਮ ਹੋਏਗਾ ਅੱਜ ਉੱਥੇ ਪੈਨਲ ਹੋ ਜਾਏਗਾ।
ਅੱਜ ਸਾਡਾ ਪਹਿਲਾ ਪ੍ਰੋਗਰਾਮ ਰੋਸ ਮਾਰਚ ਦਾ ਬਠਿੰਡਾ ਦੇ ਵਿੱਚ। ਇੱਥੋਂ ਅਸੀਂ ਰੋਸ ਮਾਰਚ ਕਰਕੇ ਮਿੰਨੀ ਸੰਗਤ ਇਕੱਠੇ ਹੋ ਕੇ ਮੰਗ ਪੱਤਰ ਦੇ ਕੇ ਉਦੋਂ ਬਾਅਦ ਭੋਗ ਤੇ ਸ਼ਾਮਲ ਹੋਵਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੀ ਨਾਮ ਹੈ ਜੀ? ਮੈਂ ਗੁਰਤੇਜ ਸਿੰਘ ਫੌਜੀ ਬਠਿੰਡਾ ਸੈਨਿਕ ਏਕਤਾ ਵੈਲਫੇਅਰ ਸੁਸਾਇਟੀ ਮੈਂਬਰ। ਅੱਜ ਅਸੀਂ ਰੋਸ ਮਾਰਚ ਕਰ ਰਹੇ ਹਾਂ ਬਠਿੰਡੇ ਦੇ ਵਿੱਚ। ਕਾਰਨ ਜੋ ਬੱਚੇ ਅਗਨੀਵੀਰ ਭਰਤੀ ਹੋ ਰਹੇ ਨੇ ਉਹ ਸਾਡੇ ਮਾਨਸਾ ਜ਼ਿਲ੍ਹੇ ਦਾ ਬੱਚਾ ਪਿੰਡ ਕੋਟਲੀ ਕਲਾਂ ਤੋਂ ਸ਼ਹੀਦ ਹੋਇਆ, ਉਹਨੂੰ ਸੈਂਟਰ ਸਰਕਾਰ ਨੇ ਸ਼ਹੀਦ ਦੀ ਪਦਵੀ ਨਹੀਂ ਦਿੱਤੀ ਜਿਹੜਾ ਕਿ ਜ਼ਰੂਰੀ ਸੀ। ਜਿਹਦੇ 'ਤੇ ਵਰਦੀ ਪਾਈ ਸੀ, ਸਵੇਰੇ 3:30 ਉਹਦੀ ਡੈਥ ਹੁੰਦੀ ਹੈ। ਵਰਦੀ ਪਾਈ ਸੀ, ਨਾਈਟ ਡਿਊਟੀ ਖੜ੍ਹਾ ਸੀ, ਗੋਲੀ ਲੱਗੀ ਹੈ, ਇਹ ਨਹੀਂ ਪਤਾ ਕਿਸ ਤਰ੍ਹਾਂ ਲੱਗੀ ਹੈ, ਲੇਕਿਨ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਇਹਦੇ ਵਿੱਚ ਰੋਸ ਮਾਰਚ ਕਰ ਰਹੇ ਹਾਂ ਅਸੀਂ ਬਠਿੰਡੇ ਦੇ ਵਿੱਚ, ਫੌਜੀ ਚੌਕ ਤੋਂ ਬੱਸ ਸਟੈਂਡ ਫਿਰ ਭੋਗ 'ਤੇ ਜਾਣਾ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਜੇ ਇਹ 4 ਸਾਲਾਂ ਬਾਅਦ ਤੁਸੀਂ ਵਾਪਸ ਭੇਜੋਗੇ, ਇਹ ਬੱਚੇ ਕਿੱਧਰ ਜਾਣਗੇ ਜਿਹੜੇ ਕਿ ਪੂਰੇ ਹਥਿਆਰਾਂ ਦੀ ਟ੍ਰੇਨਿੰਗ ਲੈ ਚੁੱਕੇ ਨੇ? ਇਹ ਤੋਂ ਬਾਅਦ ਸਾਰਿਆਂ ਨੂੰ ਨੌਕਰੀ ਤਾਂ ਮਿਲਣੀ ਨਹੀਂ ਹੈ। ਸਾਡਾ ਰੋਸ ਹੈ ਵੀ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ, ਇਹ ਅਗਨੀਵੀਰ ਵਾਲੀ ਭਰਤੀ ਬੰਦ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਉੱਥੋਂ ਕੱਢਿਆ ਨਾ ਜਾਵੇ ਜਾਂ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 1 ਕਰੋੜ ਰੁਪਇਆ ਦਿੱਤਾ ਹੈ, ਜਿਨ੍ਹਾਂ ਨੇ ਮਾਣ ਸਨਮਾਨ ਦਿੱਤਾ ਹੈ, ਲੇਕਿਨ ਉਹਦੇ ਨਾਲ ਜ਼ਰੂਰੀ ਸ਼ਹੀਦ ਦਾ ਦਰਜਾ ਹੁੰਦਾ ਪਿੰਡ ਵਾਸਤੇ ਵੀ, ਮਾਂ ਬਾਪ ਵਾਸਤੇ ਵੀ। ਜਦੋਂ ਬੱਚਾ ਸ਼ਹੀਦ ਹੋਇਆ ਉਹਨੂੰ ਸ਼ਹੀਦ ਕਿਉਂ ਨਹੀਂ ਕਹਿ ਰਹੀ ਸੈਂਟਰ ਗੌਰਮੈਂਟ? ਇਸ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ। ਜਦੋਂ ਸਰਕਾਰ ਨੇ ਇਹ ਸਕੀਮ ਜਿਹੜੀ ਪਾਲਿਸੀ ਲਾਗੂ ਕੀਤੀ ਸੀ ਉਦੋਂ ਵੀ ਬਹੁਤ ਵਿਰੋਧ ਹੋਇਆ ਸੀ, ਪਰ ਸਰਕਾਰ ਨੇ ਕਿਸੇ ਵੀ ਇਹ ਜੀ ਸੈਂਟਰ ਸਰਕਾਰ ਬਹੁਮਤ ਦੇ ਵਿੱਚ ਹੈ, ਇਹ ਸੰਵਿਧਾਨ ਦੇ ਵਿੱਚ ਵੀ ਬਹੁਤ ਤਬਦੀਲੀਆਂ ਕਰ ਰਹੀ ਹੈ। ਲੇਕਿਨ ਆਪਣੇ ਪੰਜਾਬ 'ਚ ਉਦੋਂ ਘੱਟ ਹੋਇਆ, ਬਿਹਾਰ ਤੱਕ ਬਾਹਰਲੀਆਂ ਸਟੇਟਾਂ ਦੇ ਵਿੱਚ ਟ੍ਰੇਨਾਂ ਵੀ ਸਾੜੀਆਂ ਗਈਆਂ ਨੇ, ਬੱਸਾਂ ਸਾੜੀਆਂ ਗਈਆਂ, ਬਹੁਤ ਵਿਰੋਧ ਹੋਇਆ, ਉਦੋਂ ਕੁਛ ਸਾਡੇ ਵੀਰਾਂ ਨੇ ਸਾਥ ਨਹੀਂ ਦਿੱਤਾ। ਇਸ ਕਰਕੇ ਉਹ ਜੇ ਅਸੀਂ ਪਹਿਲਾਂ ਇਕੱਠੇ ਹੋ ਜਾਂਦੇ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ। ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ, ਇਹ ਪੂਰੇ ਭਾਰਤ ਦਾ ਮਸਲਾ, ਹਰ ਇੱਕ ਫੌਜੀ ਬੱਚੇ ਦਾ ਮਸਲਾ। ਜਿਹੜਾ ਅਗਨੀਵੀਰ ਭਰਤੀ ਹੋਇਆ ਉਹ ਕਿਤੇ ਵੀ ਸ਼ਹੀਦ ਹੋ ਸਕਦਾ ਜਦੋਂ ਉਹਦੀ ਟ੍ਰੇਨਿੰਗ ਵੀ ਪੂਰੀ ਨਹੀਂ, ਨਵੇਂ ਹਥਿਆਰ ਨੇ, ਹਥਿਆਰਾਂ ਬਾਰੇ ਪਤਾ ਨਹੀਂ। ਸਾਨੂੰ 16 ਸਾਲਾਂ ਬਾਅਦ ਜਾ ਕੇ ਉੱਥੇ ਹਥਿਆਰਾਂ ਦਾ ਪਤਾ ਲੱਗਦਾ, ਹਥਿਆਰ ਚੇਂਜ ਹੁੰਦੇ ਰਹਿੰਦੇ ਆ। ਲੇਕਿਨ ਹੁਣ ਉਹ ਸਿੱਖ ਕੇ ਆਉਣਗੇ ਜਦੋਂ 4 ਸਾਲਾਂ ਬਾਅਦ ਉਹ ਘਰ ਆਉਣਗੇ, ਉਹ ਤੋਂ ਬਾਅਦ ਜੇ ਤੁਸੀਂ 20% ਨੂੰ ਵੀ ਨੌਕਰੀ ਦੇ ਸਕਦੇ ਹੋ ਪ੍ਰਾਈਵੇਟ, ਤਾਂ ਸਰਕਾਰੀ ਕਿੱਥੋਂ ਦਿਓ, ਦੂਜਿਆਂ ਨੂੰ ਕਿੱਥੋਂ ਦਿਓਗੇ? ਦੂਸਰੇ ਕੀ ਕਰਨਗੇ? ਨਾ ਤਾਂ ਉਹ 4 ਸਾਲ ਦੇ ਗੈਪ ਦੇ ਬਾਅਦ ਪੜ੍ਹਾਈ ਕਰ ਸਕਦੇ ਆ, ਜੇ ਉਹ ਪੜ੍ਹਾਈ ਦਾ ਗੈਪ ਪੈ ਗਿਆ ਉਹ ਤੋਂ ਬਾਅਦ ਉਹ ਫਰੀ ਹੋਣਗੇ, ਕਿਸੇ ਪਾਸੇ ਤਾਂ ਜਾਣਗੇ ਜੇ ਉਹਨਾਂ ਇੰਨੇ ਕੁ ਮਚਿਓਰ ਤਾਂ ਹੋਣੇ ਨਹੀਂ ਹੈ ਉਹ। ਅੱਜ ਦਾ ਕੀ ਪ੍ਰਦਰਸ਼ਨ ਹੋਇਆ? ਅੱਜ ਤਾਂ ਜਿਹੜਾ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਹੈ ਉਹਦੀ ਅੱਜ ਅੰਤਿਮ ਅਰਦਾਸ ਹੈ ਪਿੰਡ ਕੋਟਲੀ ਕਲਾਂ ਵਿਖੇ, ਉਹਦੀ ਅੰਤਿਮ ਅਰਦਾਸ ਹੈ ਪਿੰਡ ਕੋਟਲੀ ਕਲਾਂ। ਅਸੀਂ ਇੱਥੋਂ ਪ੍ਰਦਰਸ਼ਨ ਕਰਕੇ ਉਹਨੂੰ ਸ਼ਹੀਦ ਅਲਾਲਨ ਦੇ ਹੱਕ ਦੇ ਵਿੱਚ, ਸਾਰੇ ਇਕੱਲੇ ਪੰਜਾਬ ਦਾ ਵਿੱਚ ਨਹੀਂ ਹੈ, ਹਰ ਸਟੇਟ 'ਚ ਹੋ ਰਿਹਾ, ਹਰ ਜਗ੍ਹਾ ਆਵਾਜ਼ ਉੱਠ ਰਹੀ ਹੈ ਵੀ ਇਹਨੂੰ ਸ਼ਹੀਦ ਐਲਾਨਿਆ ਜਾਵੇ, ਹਰ ਇੱਕ ਨੂੰ ਸ਼ਹੀਦ ਐਲਾਨ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦ ਏਵਨ ਮੀਡੀਆ ਚੈਨਲ ਲਈ ਬਠਿੰਡਾ ਤੋਂ ਰਕੇਸ਼ ਸਿੰਗਲਾ ਦੀ ਖਾਸ ਰਿਪੋਰਟ।